ਅਜੇ ਤੱਕ ਮੁੱਖਮੰਤਰੀ ਦਾ ਕੋਈ ਵੱਡਾ ਬਿਆਨ ਨਹੀਂ ਆਇਆ ਕਿ ਜਿਹੜਾ ਉਹ ਨੌਜਵਾਨ ਸਿੰਗਰ ਹੈ ਸੁਭ ਕੋਈ ਵੱਖਵਾਦੀ ਕਹਿ ਕੇ ਉਹਦੇ ਸ਼ੋਅ ਰੱਦ ਕਰਦੇ ਨੇ। ਗੁਰੂ ਸਾਹਿਬ ਦੀ ਕਿਰਪਾ ਦੇ ਉਸ ਦੇ ਨਾਲ ਅੱਜ ਨੌਜਵਾਨਾਂ ਦੇ ਕੇਸਰੀ ਦਸਤਾਰਾਂ ਬੰਨੀਆਂ ਗਈਆਂ ਨੇ ਤੇ ਮੈਂ ਧੰਨਵਾਦ ਕਰਦਾ ਗੁਰੂ ਸਾਹਿਬ ਦਾ ਅਕਾਲ ਪੁਰਖ ਦਾ ਕਿ ਨੌਜਵਾਨਾਂ ਦੇ ਭਾਰੀ ਉਤਸ਼ਾਹ ਦਿਖਿਆ ਦਸਤਾਰਾਂ ਬੰਨਣ ਪ੍ਰਤੀ। ਨੌਜਵਾਨਾਂ ਨੂੰ ਸਿੱਖ ਨੌਜਵਾਨਾਂ ਨੂੰ ਬਦਨਾਮ ਕਰਕੇ ਵੱਖਵਾਦੀ ਕਹਿ ਕੇ ਅੱਤਵਾਦੀ ਕਹਿ ਕੇ ਪੂਰੇ ਭਾਰਤ ਦੇ ਵਿੱਚ ਇੱਕ ਭਾਈਚਾਰਕ ਸਾਂਝ ਨੂੰ ਖਤਮ ਕਰਕੇ ਸਿੱਖ ਨੌਜਵਾਨਾਂ ਬਦਨਾਮ ਕਰਕੇ ਵੋਟਾਂ ਦਾ ਲਾਹਾ ਲੈਣਾ ਚਾਹੁੰਦੇ ਨੇ। ਅੱਜ ਕੋਈ ਕਨੋਗਰੇਜ ਨਹੀਂ, ਸੱਚ ਦਾ ਅਜੰਡਾ ਚੱਲਣਾ, ਝੂਠ ਦਾ ਚਿਹਰਾ ਨੰਗਾ ਹੋ ਚੁੱਕਿਆ, ਵਧੀਆ ਹੋਇਆ ਕਾਂਗਰਸ ਦੇ ਬਾਅਦ ਨਵੇਂ ਝਾੜੂ ਵਾਲੇ ਆ ਗਏ, ਘੱਟੋ ਘੱਟ ਪੰਜਾਬ ਦੇ ਨੌਜਵਾਨਾਂ ਦੀ ਅੱਖ ਤਾਂ ਖੁੱਲ ਗਈ, ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਕਿ ਇਹ ਸਾਰਿਆਂ ਨਾਲੋਂ ਵੱਧ ਖਤਰਨਾਕ ਨੇ। ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਰਤ ਸਰਕਾਰ ਪ੍ਰਸਿੱਧ ਗਾਇਕ ਸੁਭ ਨੂੰ ਕਰ ਰਹੀ ਹੈ ਬਦਨਾਮ ਤੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਮਸਲੇ ਤੇ ਕਿਉਂ ਨਹੀਂ ਬੋਲੇ। ਜ਼ਿਲ੍ਹਾ ਸੰਗਰੂਰ ਦੇ ਵਿੱਚ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੌਜਵਾਨਾਂ ਤੇ ਇੱਕ ਰੈਲੀ ਕੀਤੀ ਗਈ ਜਿਸ ਦੇ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਮੌਜੂਦ ਰਹੇ ਜਿਨ੍ਹਾਂ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਦੇ ਨਾਲ ਹੀ ਨੌਜਵਾਨਾਂ ਦੇ ਸਿਰ ਦਸਤਾਰ ਸਜਾ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਬੇਨਤੀ ਕੀਤੀ ਤੇ ਨੌਜਵਾਨਾਂ ਨੂੰ ਸਹੀ ਰਸਤੇ ਤੇ ਚੱਲਣ ਲਈ ਇਹ ਰੈਲੀ ਕੀਤੀ ਗਈ ਜਿਸ ਦੇ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਨੌਜਵਾਨਾਂ ਨੂੰ ਸੰਬੋਧਿਤ ਵੀ ਕੀਤਾ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਨਰਜੀਤ ਗੋਲਡੀ ਵੀ ਮੌਜੂਦ ਰਹੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਯੂਥ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਅੱਜ ਪੰਜਾਬ ਦੇ ਨੌਜਵਾਨ ਨੂੰ ਇਹ ਗੱਲ ਸਾਫ਼ ਸਮਝ ਆ ਗਈ ਹੈ ਕਿ ਮੌਜੂਦਾ ਸਰਕਾਰ ਉਹਨਾਂ ਦੇ ਸੁਪਨਿਆਂ ਨਾਲ ਖੇਡ ਰਹੀ ਹੈ। ਇਸ ਦੇ ਨਾਲ ਹੀ ਜਿਸ ਤਰ੍ਹਾਂ ਮੌਜੂਦਾ ਸਰਕਾਰ ਝੂਠ ਬੋਲ ਕੇ ਸੱਤਾ ਵਿੱਚ ਆਈ ਹੈ ਉਸ ਦੇ ਬਾਰੇ ਪੂਰੇ ਪੰਜਾਬ ਨੂੰ ਵੀ ਸਮਝ ਲੱਗ ਗਈ ਹੈ ਅਤੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਪੰਜਾਬ ਦੇ ਵਿੱਚ ਮੁੱਖ ਮੁੱਦਾ ਨਸ਼ੇ ਦਾ ਜਿਸ ਨੂੰ ਮੌਜੂਦਾ ਸਰਕਾਰ ਖਤਮ ਨਹੀਂ ਕਰ ਰਹੀ। ਅੱਜ ਪੰਜਾਬ ਯੂਥ ਮਿਲਣੀ ਦਾ ਪ੍ਰੋਗਰਾਮ ਸੀਗਾ ਸੰਗਰੂਰ ਦੇ ਵਿੱਚ, ਕੀ ਜਿਹੜੀ ਯੂਥ ਨੂੰ ਜਿਹੜੀ ਸੇਧ ਦੇਣ ਦੀ ਲੋੜ ਹੈਗੀ ਹੈ, ਤੁਸੀਂ ਸਟੇਜ ਤੋਂ ਤੁਸੀਂ ਐਲਾਨ ਕੀਤਾ ਹੈ ਕਿ ਤੁਸੀਂ ਪੱਗਾਂ ਵੀ ਬੰਨੀਆਂ ਨੇ, ਕੀ ਕਹਿਣਾ ਚਾਹੁੰਦੇ? ਦੇਖੋ, ਇੱਕ ਤਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਗੁਰੂ ਸਾਹਿਬ ਦੀ ਕਿਰਪਾ ਦੇ ਓਟ ਦੇ ਨਾਲ ਅੱਜ ਨੌਜਵਾਨਾਂ ਦੇ ਕੇਸਰੀ ਦਸਤਾਰਾਂ ਬੰਨੀਆਂ ਗਈਆਂ ਨੇ ਤੇ ਮੈਂ ਧੰਨਵਾਦ ਕਰਦਾ ਗੁਰੂ ਸਾਹਿਬ ਦਾ ਅਕਾਲ ਪੁਰਖ ਦਾ ਕਿ ਨੌਜਵਾਨਾਂ ਦੇ ਭਾਰੀ ਉਤਸ਼ਾਹ ਦਿਖਿਆ ਦਸਤਾਰਾਂ ਬੰਨਣ ਪ੍ਰਤੀ। ਸੋ ਉਹਦੇ ਨਾਲ ਅਸੀਂ ਨੌਜਵਾਨਾਂ ਦੀ ਅਣਖ ਤੇ ਜ਼ਮੀਰ ਵਿੱਚ ਜੋੜਿਆ, ਕਿਉਂਕਿ ਮੁੱਖ ਮੰਤਰੀ ਦਾ ਜ਼ਿਲ੍ਹਾ, ਪੰਜਾਬ ਦੇ ਮੁੱਖ ਮੰਤਰੀ ਦਾ ਜ਼ਿਲ੍ਹਾ ਤੇ ਜਿਹੜਾ ਮੁੱਖ ਮੰਤਰੀ ਝੂਠ ਬੋਲ ਕੇ ਬਦਲਾਅ ਦੇ ਨਾਂ ਤੇ ਅੱਜ ਪੰਜਾਬ ਦੇ ਨੌਜਵਾਨਾਂ ਦੇ ਨਾਲ ਬਦਲਾ ਲੈਣ ਤੇ ਤੁਰਿਆ ਹੋਇਆ, ਅੱਜ ਹਾਲਾਤ ਇਹ ਨੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ NSA ਦੇ ਪਰਚੇ ਡਿਬਰੂਗੜ੍ਹ ਜ਼ਿਲ੍ਹਾ ਦੇ ਵਿੱਚ। ਦੂਜਾ ਦੇਖੋ, ਕੱਲ੍ਹ ਦਾ ਹਾਲੇ ਦੋ ਦਿਨ ਪਹਿਲਾਂ ਦਾ ਹਾਲ ਤੱਕ ਮੁੱਖ ਮੰਤਰੀ ਦਾ ਕੋਈ ਵੱਡਾ ਬਿਆਨ ਨਹੀਂ ਆਇਆ ਕਿ ਜਿਹੜਾ ਉਹ ਨੌਜਵਾਨ ਸਿੰਗਰ ਹੈ ਸੁਭ ਕੋਈ ਵੱਖਵਾਦੀ ਕਹਿ ਕੇ ਉਹਦੇ ਸ਼ੋਅ ਰੱਦ ਕਰਦੇ ਨੇ। ਇਹ ਕੋਈ ਕਹਿਣ 'ਚ ਗੁਰੇਜ਼ ਨਹੀਂ, ਕੇਂਦਰ ਦੀ ਸਰਕਾਰ BJP ਅਤੇ ਇੱਥੋਂ ਦੀ ਸਰਕਾਰ ਆਮ ਆਦਮੀ ਪਾਰਟੀ ਨੌਜਵਾਨਾਂ ਨੂੰ, ਸਿੱਖ ਨੌਜਵਾਨਾਂ ਨੂੰ ਬਦਨਾਮ ਕਰਕੇ ਵੱਖਵਾਦੀ ਕਹਿ ਕੇ ਅੱਤਵਾਦੀ ਕਹਿ ਕੇ ਪੂਰੇ ਭਾਰਤ ਦੇ ਵਿੱਚ ਇੱਕ ਭਾਈਚਾਰਕ ਸਾਂਝ ਨੂੰ ਖਤਮ ਕਰਕੇ ਸਿੱਖ ਨੌਜਵਾਨਾਂ ਬਦਨਾਮ ਕਰਕੇ ਵੋਟਾਂ ਦਾ ਲਾਹਾ ਲੈਣਾ ਚਾਹੁੰਦੇ ਨੇ। ਇਹ 'ਚ ਕੋਈ ਕਨੋਗਰੇਜ਼ ਨਹੀਂ। ਸੋ ਇਹ ਮਦਭਾਗਾ ਭਾਈ, ਤੁਸੀਂ ਨੌਜਵਾਨਾਂ ਦੇ ਸਿਰਾਂ ਪਰ ਪਹਿਲਾਂ ਬੀਬੀ ਇੰਦਰਾ ਨੇ ਬਥੇਰੇ ਵੋਟਾਂ ਲੈ ਲਈਆਂ, ਫਿਰ ਬੇਅੰਤ ਸਿੰਘ ਆਇਆ, ਫਿਰ ਕੈਪਟਨ ਆਇਆ, ਹੁਣ ਇਹ ਨਵੇਂ ਟੋਪੀ ਵਾਲੇ ਆਏ ਨੇ। ਭਾਈਚਾਰਕ ਸਾਂਝ ਸਾਡੀ ਵੀ ਰਹੀ ਹੈ BJP ਨਾਲ, ਪਰ ਉਹ ਸਮੇਂ ਦੀ ਲੋੜ ਸੀ, ਸ਼੍ਰੋਮਣੀ ਅਕਾਲੀ ਦਲ ਦੀ ਲੋੜ ਨਹੀਂ ਸੀ, ਕਿਉਂਕਿ ਜਿਹੜੇ ਹਿਸਾਬ ਨਾਲ ਉਦੋਂ ਵੀ ਨੌਜਵਾਨਾਂ ਨੂੰ ਇਸੇ ਤਰ੍ਹਾਂ NSA ਦੇ ਪਰਚੇ, ਇਵੇਂ ਨੌਜਵਾਨਾਂ ਨੂੰ ਵੱਖਵਾਦੀ ਦੱਸਿਆ ਜਾਂਦਾ ਸੀ ਤੇ ਭਾਈਚਾਰਕ ਸਾਂਝ ਨੂੰ ਕਾਇਮ ਕਰਨ ਲਈ ਸ਼੍ਰੋਮਣੀ ਅਕਾਲੀ ਨੇ ਸਮਝੌਤਾ ਕੀਤਾ ਸੀ। ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅੱਜ ਦੀ ਕੇਂਦਰ ਦੀ ਸਰਕਾਰ ਵੀ ਤੇ ਪੰਜਾਬ ਦੀ ਸਰਕਾਰ ਵੀ ਰਲ ਕੇ ਇੱਕ ਮੈਚ ਖੇਡ ਰਹੇ ਨੇ ਕਿ ਕੌਣ ਵੱਧ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਬਦਨਾਮ ਕਰ ਸਕਦਾ ਹੈ। ਆਮ ਆਦਮੀ ਪਾਰਟੀ ਕਹਿੰਦੇ ਅਸੀਂ ਪਿੱਛੇ ਨਾ ਰਹਿ ਜਾਈਏ ਤੇ BJP ਵਾਲੇ ਕਹਿੰਦੇ ਅਸੀਂ ਪਿੱਛੇ ਨਾ ਰਹਿ ਜਾਈਏ, ਇਹ ਬੜਾ ਮਦਭਾਗਾ ਹੈ। ਸੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਸਰਕਾਰਾਂ ਨੂੰ ਕਿ ਸਾਨੂੰ ਵੱਖਵਾਦੀ, ਸਾਨੂੰ ਅੱਤਵਾਦੀ, ਸਾਨੂੰ ਦੇਸ਼ ਤੋਂ ਵੱਖਰਾ ਨਾ ਕਰੋ। ਇਹ ਦੇਸ਼ ਸਾਡਾ ਵੀ ਆ, ਪੰਜਾਬੀਆਂ ਨੇ, ਸਿੱਖਾਂ ਨੇ ਸਭ ਤੋਂ ਵੱਧ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਕੀਤੀਆਂ ਨੇ। ਅੱਜ ਲੋੜ ਹੈ ਹਰੇਕ ਪੰਜਾਬ ਦੇ ਨੌਜਵਾਨ ਨੂੰ ਅਣਖ ਤੇ ਗੈਰ ਜਗਾ ਕੇ ਖੜੇ ਹੋਣ ਦੀ, ਵੋਟਾਂ ਲਈ ਨਹੀਂ, ਆਉਣ ਵਾਲੀ ਨਸਲ ਲਈ, ਆਉਣ ਵਾਲੀ ਫਸਲ ਲਈ, ਪੰਜਾਬ ਤੇ ਪੰਜਾਬੀ ਤੇ ਖਾਲਸਾ ਪੰਥ ਦੇ ਝੰਡੇ ਨੂੰ ਬੁਲੰਦ ਕਰਨ ਲਈ ਨੌਜਵਾਨਾਂ ਨੂੰ ਖੜੇ ਹੋਣਾ ਪੈਣਾ। ਨਸ਼ੇ ਤਿਆਗਣੇ ਪੈਣੇ ਨੇ, ਨਸ਼ੇ ਤਿਆਗਣ ਲਈ ਨੌਜਵਾਨ ਨੂੰ ਪ੍ਰੇਰਿਤ ਕਰਨਾ ਪੈਣਾ, ਸਿਰਾਂ ਤੇ ਦਸਤਾਰਾਂ ਸਜਾਉਣੀਆਂ ਪੈਣੀਆਂ। ਯੂਥ ਨੂੰ ਬੜਾ ਗੁੰਮਰਾਹ ਕਰਕੇ ਤੇ ਜਿਹੜੀ ਡੰਗ ਵਰਦੀ ਡਾਂਗਾ ਵਰਦੀਆਂ ਨਜ਼ਰ ਆਉਂਦੀਆਂ ਨੇ, ਕੁੜੀਆਂ ਦੀਆਂ ਜਿਹੜੀਆਂ ਚੁੰਨੀਆਂ ਲਾਹੀਆਂ ਜਾਂਦੀਆਂ ਨੇ, ਮੈਂ ਉਹੀ ਤਾਂ ਬੋਲਿਆ ਨਾ ਸਟੇਜ ਤੋਂ ਵੀ ਕਿ ਇਹ ਇੰਨਾ ਹਜ਼ਾਰਾਂ ਦੀ ਤਦਾਦ 'ਚ ਨੌਜਵਾਨ ਆਏ ਨੇ, ਮੰਡੀ ਦੇ ਆਲੇ ਦੁਆਲੇ ਘੁੰਮ ਰਹੇ ਨੇ,
ਇਹ ਪੁੱਛਣਾ ਚਾਹੁੰਦੇ ਨੇ ਮੁੱਖਮੰਤਰੀ ਤੂੰ ਕਹਿੰਦਾ ਸੀ ਬਦਲਾਅ ਕਰੂੰਗਾ ਸਿਕਿਉਰਿਟੀ ਤੋਂ ਬਿਨਾਂ ਆਊਂਗਾ ਆਇਆ ਨਹੀਂ ਤੂੰ ਕਹਿੰਦਾ ਸੀ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਤੇ ਮੁੱਖਮੰਤਰੀ ਜ਼ਿਲ੍ਹੇ ਦੇ ਵਿੱਚ ਕਿਸਾਨ ਦੀ ਜਿਹੜੀ ਆ ਉਹ ਮੌਤ ਹੋ ਜਾਂਦੀ ਆ ਪੁਲਿਸ ਅੰਨੇ ਬਾਹਰ ਡੰਡੇ ਚਲਾਉਂਦੀ ਆ ਤੇ ਇੱਥੇ ਸੰਗਰੂਰ ਦੇ ਵਿੱਚ ਕਿੰਨੀਆਂ ਧੀਆਂ ਭੈਣਾਂ ਦੀਆਂ ਕੁੜੀਆਂ ਦੀਆਂ ਟੀਚਰਾਂ ਦੀਆਂ ਚੁੰਨੀਆਂ ਪੜੇ ਜਾਂਦੀਆਂ ਨੇ ਦਸਤਾਰਾਂ ਲਾਏ ਜਾਂਦੇ ਨੇ ਉਹ ਮੁੱਖ ਮੰਤਰੀ ਇਹ ਕੋਈ ਬਦਲਾਅ ਬਦਲੂ ਨਹੀਂ ਇਹ ਬਦਲਾ ਲੈਣ ਆਏ ਨੇ ਇਹ ਸਿਰਫ ਰੂਪ ਬਦਲ ਕੇ ਆਏ ਨੇ ਸੋਚ ਉਹੀ ਆ ਅਕਾਲੀ ਦਲ ਦਾ ਇੱਕੋ ਸਟੈਂਡ ਆ ਜੋ ਕਿਹਾ ਸੀ ਉਹ ਕੀਤਾ ਤੇ ਜੋ ਕਹਾਂਗੇ ਉਹ ਕਰਾਂਗੇ ਸੱਚ ਦਾ ਏਜੰਡਾ ਚੱਲਣਾ ਝੂਠ ਦਾ ਚਿਹਰਾ ਨੰਗਾ ਹੋ ਚੁੱਕਿਆ ਵਧੀਆ ਹੋਇਆ ਕਾਂਗਰਸ ਦੇ ਬਾਅਦ ਨਵੇਂ ਝਾੜੂ ਵਾਲੇ ਆ ਗਏ ਘੱਟੋ ਘੱਟ ਪੰਜਾਬ ਦੇ ਨੌਜਵਾਨਾਂ ਦੀ ਅੱਖ ਤਾਂ ਖੁੱਲ ਗਈ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਕਿ ਇਹ ਸਾਰਿਆਂ ਨਾਲੋਂ ਵੱਧ ਖਤਰਨਾਕ ਨੇ ਇਹ ਤਾਂ ਉਹ ਹਾਲਾਤ ਹੋ ਗਏ ਕਿ ਕਾਂਗਰਸ ਕਹਿੰਦੀ ਹੈ ਮੈਂ ਉਹ ਤੋਂ ਵੱਧ ਮਾੜੀ ਝਾੜੂ ਵਾਲਾ ਕਹਿੰਦੇ ਅਸੀਂ ਉਹ ਤੋਂ ਵੱਧ ਮਾੜੇ ਤੇ ਅੱਜ ਸਮੇਂ ਦੀ ਕੇਂਦਰ ਸਰਕਾਰ ਉਹਨਾਂ ਤੋਂ ਵੱਧ ਮਾੜੀ ਰੋਲ ਨਿਭਾ ਰਹੇ ਨੇ ਤੇ ਦੁੱਖ ਨਾਲ ਕਹਿਣਾ ਪੈਂਦਾ ਕਿ ਪੰਜਾਬ ਦੇ ਨੌਜਵਾਨ ਵੱਖਵਾਦੀ ਕਹਿਣਾ ਬੰਦ ਕਰੋ ਕੋਈ ਸਮਝੌਤਾ ਨਹੀਂ ਕਰਨਾ ਕੋਈ ਸਾਨੂੰ ਕੋਈ ਲੋੜ ਨਹੀਂ ਦਿੱਤੀ ਜਾ ਰਹੀ ਕਿਉਂਕਿ ਇੱਥੇ ਰੁਜ਼ਗਾਰ ਆ ਜਿਹੜਾ ਪੈਦਾ ਨਹੀਂ ਮਾਨ ਸਾਹਿਬ ਕਿਹਾ ਕਰਦੇ ਸੀ ਕਿ ਅੰਗਰੇਜ਼ ਇੱਥੇ ਕੰਮ ਕਰਨਗੇ ਕੀ ਕਹਿਣਾ ਚਾਹੁੰਦੇ ਤੁਸੀਂ ਬੜਾ ਵਧੀਆ ਸਵਾਲ ਕੀਤਾ ਮੈਂ ਸਟੇਜ ਤੋਂ ਇਹ ਗੱਲ ਕਰਨੀ ਵਿਸਰ ਗਿਆ ਦਿਮਾਗ 'ਚੋਂ ਨਹੀਂ ਰਹੀ ਦੇਖੋ ਜਦੋਂ ਦੇਸ਼ ਆਜ਼ਾਦ ਹੋਇਆ ਮੈਂ ਉੱਥੇ ਆਉਂਦਾ ਮੁੜ ਕੇ ਦੇਸ਼ ਆਜ਼ਾਦ ਹੋਇਆ ਕਹਿੰਦੇ ਦੇਸ਼ ਆਜ਼ਾਦ ਹੋ ਗਿਆ ਤੇ ਪਾਕਿਸਤਾਨ ਵੰਡਿਆ ਗਿਆ ਕੌਣ ਪੰਜਾਬ ਸਭ ਤੋਂ ਵੱਧ ਨੁਕਸਾਨ ਕਿਹਨੇ ਝੱਲਿਆ ਪੰਜਾਬੀਆਂ ਨੇ ਅੱਜ ਜੇ ਭਾਰਤ ਦੀ ਤੇ ਕੈਨੇਡਾ ਦੀ ਆਪਸ ਦੇ ਵਿੱਚ ਤਕਰਾਰ ਹੋਈ ਹੈ ਉਸ ਜਿਹੜੇ ਸਮਝੌਤੇ ਵਿਗੜੇ ਨੇ ਉਹ 'ਚ ਵੀ ਨੁਕਸਾਨ ਸਭ ਤੋਂ ਵੱਧ ਪੰਜਾਬੀਆਂ ਨੂੰ ਜੇ ਐਮਰਜੈਂਸੀ ਹੋਈ ਸਭ ਤੋਂ ਵੱਧ ਪੰਜਾਬੀਆਂ ਨੂੰ ਇਹ ਜਿਹੜੇ ਹਾਲਾਤ ਵਿਗੜੇ ਨੇ ਭਾਵੇਂ ਵੀਜ਼ਾ ਇੰਡੀਆ ਦਾ ਬੰਦ ਹੋਇਆ ਭਾਵੇਂ ਕੈਨੇਡਾ ਨੇ ਇੰਡੀਆ ਦਾ ਬੰਦ ਕੀਤਾ ਭਾਵੇਂ ਇੰਡੀਆ ਨੇ ਕੈਨੇਡਾ ਦਾ ਕਰਤਿਆ ਸਭ ਤੋਂ ਵੱਧ ਇਹਦੇ ਨੁਕਸਾਨ ਹੋਣਾ ਪੰਜਾਬੀਆਂ ਦਾ ਕਿਉਂਕਿ ਕੈਨੇਡਾ 'ਚ ਸਭ ਤੋਂ ਵੱਧ ਗਏ ਹੋਏ ਨੇ ਪੰਜਾਬੀ ਸੋ ਕਿਸੇ ਨੇ ਦੁੱਖ ਲਈ ਆਉਣਾ ਕਿਸੇ ਨੇ ਸੁੱਖ ਲਈ ਆਉਣਾ ਕਿਸੇ ਨੇ ਜਾਣਾ ਕਿਸੇ ਨੇ ਆਉਣਾ ਸਭ ਤੋਂ ਵੱਧ ਮਾਰ ਫੇਰ ਪੰਜਾਬੀ ਨੇ ਪੈਣੀ ਹੈ ਇਹ ਸਰਕਾਰਾਂ ਨੂੰ ਮਿਲ ਬੈਠ ਕੇ ਮਾਮਲਾ ਨਿਬੇੜਨਾ ਚਾਹੀਦਾ ਹੈ ਕਿਉਂਕਿ ਸਭ ਤੋਂ ਵੱਧ ਇਹਦੇ 'ਚ ਤਕਲੀਫ ਪੰਜਾਬੀਆਂ ਨੂੰ ਹੀ ਹੋਣੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਅੱਜ ਨੌਜਵਾਨਾਂ ਤੇ ਦਸਤਾਰਾਂ ਸਜਾਈਆਂ ਹਨ ਤਾਂ ਕਿ ਪੰਜਾਬ ਅਤੇ ਪੰਜਾਬੀਅਤ ਜਿਉਂਦੀ ਰਹੇ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਸਿੱਧ ਗਾਇਕ ਸ਼ੁਭ ਦੇ ਭਾਰਤ ਦੇ ਵਿੱਚ ਪ੍ਰੋਗਰਾਮ ਰੱਦ ਹੋਣ ਤੇ ਕਿਹਾ ਕਿ ਭਾਰਤ ਸਰਕਾਰ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹ ਪੁੱਛਣਾ ਚਾਹੁੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੀ ਉਹਨਾਂ ਨੇ ਇਸ ਮਾਮਲੇ ਤੇ ਚੁੱਪੀ ਕਿਉਂ ਰੱਖੀ ਹੋਈ ਹੈ।